हाँ जी दोस्तों सत श्री अकाल। अज आप पहुँचे हुए हैं हरियाणे के कुरुक्षेत्र। ये इतने म्यूजियम आ अंदर कैमरा अलाउड नहीं सीगा। नाल मेरे है सरदार मनदीप सिंह जसल पिंड कोकरी कलां धरती तो कैमरा ना अलाउड होने करके बाहर आके जी वीडियो बनानी पड़ रही है। ये कृष्ण के संबंध के जिहड़ा एक म्यूजियम बनया हुआ वा ਇੱਥੇ ਮਹਾਭਾਰਤ ਦਾ ਹੋਇਆ ਸੀ ਯੁੱਧ ਹੈ ਨਾ ਕੁਰੂਕਸ਼ੇਤਰ ਦੇ ਵਿੱਚ ਮਹਾਭਾਰਤ ਦਾ ਜਿਹੜਾ ਉਹ ਯੁੱਧ ਹੋਇਆ ਸੀਗਾ। ਇਹ ਮਹਾਭਾਰਤ ਦੇ ਯੁੱਧ ਦੇ ਨਾਲ ਹੀ ਜਿਹੜਾ ਉਹ ਰਿਲੇਟਡ ਇੱਕ ਮਿਊਜ਼ੀਅਮ ਬਣਿਆ ਹੋਇਆ ਵਾ। ਸਾਰੀਆਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਉਹ ਇਹਦੇ ਵਿੱਚ ਸਮੋਈਆਂ ਹੋਈਆਂ ਨੇ। ਹਾਂ ਅਤੇ ਬਾਕੀ ਹੁਣ ਇੱਧਰ ਇੱਕ ਕਿਹੜਾ ਸਰੋਵਰ ਆ ਉਹ ਹੁਣ ਇਸ ਤੋਂ ਅੱਗੇ ਮਾਨ ਸਰੋਵਰ ਝੀਲ ਆ ਇੱਕ ਇੱਥੇ ਉਹ ਦੇਖਣ ਯੋਗ ਆ। ਦੇਖਾਂਗੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ। ਦੇਖਦੇ ਹਾਂ ਕੀ ਇਤਿਹਾਸ ਆ ਉੱਥੋਂ ਦਾ ਦੇਖਦੇ ਹਾਂ ਗੱਲਬਾਤ ਕਰਦਾ ਵਾਂ। ਇਹ ਵਾਲਾ ਜਿਵੇਂ ਇਹਨਾਂ ਨੇ ਹੈਂਡਮੇਡ ਆ ਇਹ ਜਿਹੜਾ ਅੰਦਰ ਬਣਾਇਆ ਹੋਇਆ ਇਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ ਵਾ ਵੁੱਡ ਅਤੇ ਨਾਲ ਉਹਦੇ ਜਿਹੜਾ ਹੈ ਇੱਕ ਪੱਥਰ ਦੀ ਕਲਾ ਕ੍ਰਿਤੀ ਜਿਹੜੀ ਆ ਸਟੋਨ ਦੀ ਉਹ ਕੀਤੀ ਗਈ ਆ। ਹੱਥ ਨਾਲ ਘੜਤ ਜਿਹੜੀਆਂ ਉਹ ਮੂਰਤਾਂ ਅੰਦਰ ਤਿਆਰ ਕੀਤੀਆਂ ਹੋਈਆਂ ਨੇ। ਹਾਂ ਚਲੋ ਗਾਹ ਮਿਲਦੇ ਹਾਂ। ਚਲੋ ਦੋਸਤੋ ਇਹ ਮਿਊਜ਼ੀਅਮ ਦੇ ਬਾਹਰ ਦਾ ਜਿਹੜਾ ਉਹ ਇੱਕ ਦ੍ਰਿਸ਼ ਆ ਅਤੇ ਬਹੁਤ ਹੀ ਇੱਕ ਸੁੰਦਰ ਆਕਰਸ਼ਕ ਇਮਾਰਤ ਜਿਹੜੀ ਆ ਉਹ ਬਣੀ ਹੋਈ ਹੈ। ਮਹਾਭਾਰਤ ਦਾ ਯੁੱਧ ਦਰਸਾਇਆ ਹੋਇਆ ਹੈ ਨਾ। ਪੂਰੇ ਯੁੱਧ ਨੂੰ ਜਿਹੜੀ ਆ ਉਹ ਡਿਸਕ੍ਰਾਈਬ ਕਰ ਰਹੀ ਆ ਇਹ ਅਲੱਗ ਅਲੱਗ ਇਹਦਾ ਸਿਸਟਮ ਦਾ ਜਿਹੜਾ ਹੈਗਾ ਇਤਿਹਾਸ ਇੱਥੇ ਲਿਖਿਆ ਹੋਇਆ। ਇਹ ਐਂਡਲੈਸ ਟਨਲ ਜਿਹੜੀ ਆ ਉਹ ਬਣਾਈ ਗਈ ਆ ਜੀ ਦੋ ਪਲੇਨ ਮਿਰਰ ਦੀ ਹੈਲਪ ਦੇ ਨਾਲ। ਦੋ ਪਲੇਨ ਮਿਰਰ ਦੇ ਵਿੱਚ ਐਲ ਈ ਡੀ ਲਾਈਟਸ ਜਿਹੜੀਆਂ ਉਹ ਲਾਈਆਂ ਹੁੰਦੀਆਂ ਨੇ ਤਾਂ ਨੰਬਰ ਔਫ ਇਨਫਾਈਨਟ ਨੰਬਰ ਔਫ ਇਮੇਜਿਸ ਜਿਹੜੀਆਂ ਉਹ ਪ੍ਰੋਡਿਊਸ ਹੋ ਰਹੀਆਂ। ਤਾਂ ਇਹ ਇੱਦਾਂ ਲੱਗ ਰਿਹਾ ਵਾ ਵੀ ਜਿਵੇਂ ਇੱਕ ਬਹੁਤ ਵੱਡੀ ਟਨਲ ਜਿਹੜੀ ਆ ਉਹ ਬਣੀ ਹੁੰਦੀ ਆ, ਬਟ ਐਗਜੈਕਟ ਜਿਹੜੀ ਆ ਇਹ ਇੱਕ ਬਹੁਤ ਛੋਟੀ ਜਿਹੀ ਚੀਜ਼ ਆ। ਇਹ ਸਿਰਫ ਅਤੇ ਸਿਰਫ ਸਾਇੰਸ ਦੇ ਕਰਕੇ ਆ, ਐਲਿਊਜ਼ਨ ਆ, ਹੋਰ ਕੁਛ ਨਹੀਂ। ਹੱਥ ਜੀ ਮਾਰ ਦਿੰਦੇ ਆ ਕਰਿਓ ਸਰ। ਇਹ ਫਿਊਚਰ ਦਿਖਾਉਣ ਵਾਲੀ ਮਸ਼ੀਨ ਆ ਸਰ। ਹੱਥ ਪਾਸ ਹੱਥ ਪਾਸ ਇਹ ਸਾਇੰਟਿਸਟ ਨੇ ਇੱਥੋਂ ਦੇ ਹੈ ਨਾ ਸਰ। ਦੇਖਿਆ
ਪੈ ਰਹੇ ਤੇ ਰੱਖਣ ਵਾਲੇ ਦੇ ਵਿੱਚ ਹਵਾ ਨਿਕਲਦੀ ਆ ਤੇ ਬਾਹਰ ਉੱਡਦੀ ਆ ਉੱਪਰ ਲਗੇ ਜਾਣਾ ਚੋਰ ਬਣਾਈ ਹੋਈ ਆ ਉਹਦੇ ਅੱਗ ਮਿਟਾਈ ਜਾਂਦੀ ਅੱਗ ਮੱਚੀ ਹੋਈ ਥੱਲੇ ਲਾਈਟਾਂ ਲਾਈ ਹੋਈ ਨਾਲ ਇੰਡੀਅਨ ਕਲਚਰ ਦੇ ਨਾਲ ਰੀਪ੍ਰਜੈਂਟ ਕੀਤਾ ਹੋਇਆ ਇਹਨੂੰ ਬਾਕੀ ਆਹ ਪਹਿਲਾਂ ਆਪਾਂ ਦਿਖਾਤਾ ਸੀਗਾ ਹੜੱਪਾ ਤਕਨੀਕੀਆਂ ਇਹ ਹੈਗੀ ਵੀ ਐਂਟਰੀ ਟਿਕਟ ਇਹਦੀ ਹੈਗੀ ਆ ਕਿੰਨੇ ਰੁਪਏ ਟਿਕਟ ਆ ਦੇਖੀ ਬਾਈ ਇਹਦੀ ਅਗਰ ਫੋਟੋ ਕਰੀਏ ਆਪਾਂ 20 ਰੁਪਈਏ 10 ਰੁਪਈਏ 5 ਰੁਪਈਏ ਬਾਕੀ ਆ ਪਾਣੀ ਡੁੱਲੀ ਜਾਂਦਾ ਦੇਖੋ ਇਹ ਆਪੇ ਹੀ ਘੁੰਮ ਜਾਂਦਾ ਜਦੋਂ ਦੂਜੇ ਗਲਾਸ ਭਰ ਜਾਂਦੇ ਆ ਇੱਧਰ ਨੂੰ ਭਾਰ ਹੋ ਜਾਂਦਾ ਉੱਧਰ ਨੂੰ ਘੁੰਮ ਜਾਂਦਾ ਕੁਰੂਕਸ਼ੇਤਰਾ ਪੈਨੋਰਾਮਾ ਐਂਡ ਸਾਇੰਸ ਸੈਂਟਰ ਆ ਇਹ ਪਹਿਲਾਂ ਆਪਾਂ ਉਹ ਦੇਖਿਆ ਸੀਗਾ ਜਿਹੜਾ ਮਹਾਭਾਰਤ ਦੇ ਰਿਲੇਟਡ ਮੂਰਤੀਆਂ ਬਣੀਆਂ ਹੋਈਆਂ ਵਿੱਚ ਇੱਥੇ ਹੈਗੀ ਆ ਪਾਰਕ ਆਪਾਂ ਚੱਲੇ ਹੈਗੇ ਉੱਧਰ ਜਿਹੜਾ ਸਰੋਵਰ ਬਣਿਆ ਹੋਇਆ ਬਾਈ ਉੱਧਰ ਠੀਕ ਆ ਬਾਈ ਕਿਵੇਂ ਦੀ ਲੱਗਦੀ ਆ ਵੀਡੀਓ ਬਾਈ ਦੱਸਿਓ ਕਮੈਂਟ ਕਰਕੇ ਹਾਂ ਪੂਰੀ ਸੋਹਣੀ ਵੀਡੀਓ ਆ ਸ਼੍ਰੀ ਕ੍ਰਿਸ਼ਨਾ ਮਿਊਜ਼ੀਅਮ ਜਿਹੜਾ ਪਹਿਲਾਂ ਦੇਖਿਆ ਸੀਗਾ ਇਹਦੇ ਅੰਦਰ ਵੀਡੀਓ ਫੋਟੋਗ੍ਰਾਫੀ ਨਹੀਂ ਬਣਾਉਣ ਦਿੱਤੀ ਇਹਨਾਂ ਟੂਰਿਸਟ ਜਿਹੜੇ ਹੈਗੇ ਆ ਇੱਥੇ ਲੋਕ ਦੇਖਣ ਆਉਂਦੇ ਟੂਰਿਜ਼ਮ ਪੁਆਇੰਟ ਆ ਕੁਰੂਕਸ਼ੇਤਰਾ ਦੇ ਵਿੱਚ ਠੀਕ ਆ ਬਾਈ ਆ ਜਾ ਇਹ ਇੱਕ ਮੁਕੰਮਲ ਝੱਕ ਆ ਇਹਦਾ ਇੱਥੋਂ ਦੀ ਟਿਕਟ ਮਿਲਦੀ ਆ 10 ਰੁਪਈਏ 30 ਰੁਪਈਏ ਟਿਕਟ ਆ ਇਹ ਹੈਗਾ ਬਾਈ ਬ੍ਰਹਮਾ ਸਰੋਵਰ ਕਾਫੀ ਵੱਡਾ ਸਿਸਟਮ ਹੈਗਾ ਇਹ ਇਸ਼ਨਾਨ ਪਾਣੀ ਵਾਸਤੇ ਇਹਨਾਂ ਦਾ ਜਿਹੜਾ ਬਣਿਆ ਹੋਇਆ ਸਰੋਵਰ ਇਹ ਇੱਧਰਲੇ ਪਾਸੇ ਵੀ ਕਾਫੀ ਉਹ ਦੂਰ ਤੱਕ ਆ ਅਤੇ ਉਹ ਪਰਲੇ ਪਾਸੇ ਨੂੰ ਵੀ ਹੈਗਾ ਵਿੱਚ ਮੰਦਰ ਬਣਿਆ ਹੋਇਆ ਆਹ ਆਪਣੇ ਸੁਖਮੰਦਰ ਸਾਹਿਬ ਖੜ੍ਹੇ ਆ ਠੀਕ ਹੈ ਜਿਹੜਾ ਘੇਰਾ ਬਈ ਕਹਿੰਦੇ 4.25 ਕਿਲੋਮੀਟਰ ਦਾ ਘੇਰਾ ਪਹਿਲਾਂ ਆਪਾਂ ਵੀਡੀਓ ਪਰਲੇ ਪਾਸਿਓਂ ਬਣਾਉਂਦੇ ਸੀ ਉੱਧਰੋਂ ਅਤੇ ਹੁਣ ਇੱਧਰ ਇੱਕ ਮੰਦਰ ਬਣਿਆ ਹੋਇਆ ਇਹਦੇ ਵਿੱਚ ਪਾਣੀ ਦੇ ਵਿੱਚ ਇੱਕ ਉੱਥੇ ਵੱਡਾ ਸਾਰਾ ਰੱਥ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਅਤੇ ਹੁਣ ਗਾਂਹ ਜਾ ਕੇ ਫੋਟੋ ਸ਼ੋਟੋ ਕਰ ਲਈਏ ਵਾਹਵਾ ਬਾਈ ਇੱਥੇ ਨਾ ਮਾਹੌਲ ਥੋੜ੍ਹਾ ਜਿਹਾ ਗਰਮਾ ਕਿਉਂਕਿ ਪਾਣੀ ਖੜ੍ਹਾ ਨੇ ਇਹਦੇ ਬਾਰੇ ਇਹਦਾ ਵੀ ਗਰਮੈਸ਼ ਆਉਂਦੀ ਇਹਦਾ ਸੇਕ ਮਾਰਦਾ ਪਾਣੀ ਦਾ ਉਹ ਚੱਲਦੇ ਆ ਸਰ ਚੱਲੋਗੇ ਬਾਹਰ ਲਿਆ ਇੱਕ ਹੋਰ ਚੱਕਾ ਇਹਦਾ 4.25 ਕਿਲੋਮੀਟਰ ਦਾ ਘੇਰਾ ਇਹਦਾ ਬਾਈ ਸਰੋਵਰ ਦੇ ਵਿਚਾਲੇ ਬਣਿਆ ਇਹ ਆ ਵੀ ਜਿਹੜੇ ਰਾਥ ਆ ਜਿਹੜੇ ਇਹਨਾਂ ਦਾ ਮੁਕੰਮਲ ਝੱਕ ਆ ਆ ਗਿਆ ਉਹੀ ਸਰੋਵਰ ਇੱਧਰਲੇ ਪਾਸੇ ਅਤੇ ਆ ਰਾਥ ਇਹ ਉੱਪਰ ਇਹਦੇ ਬੈਠਾ ਕੌਣ ਆ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਗਾ ਬਾਈ
ਇਹ ਕ੍ਰਿਸ਼ਨ ਤੇ ਅਰਜਨ ਦੋਨੇ ਜਿਹੜੇ ਆ ਉਹ ਰਸਤੇ ਉੱਤੇ ਬੈਠੇ ਆ ਕ੍ਰਿਸ਼ਨ ਜੀ ਜਿਹੜੇ ਆ ਕ੍ਰਿਸ਼ਨ ਤੇ ਅਰਜਨ ਦਰਸ਼ਕ ਕਰ ਰਹੇ ਆ ਅਰਜਨ ਦਾ ਉੱਪਰ ਜਿਹੜਾ ਉਹਦਾ ਛਤਰ ਬਣਿਆ ਹੋਇਆ ਰਸਤਾ ਉਹਦੇ ਉੱਤੇ ਹਨੂਮਾਨ ਉਹਦੇ ਉੱਤੇ ਹਨੂਮਾਨ ਦੀ ਜਿਹੜੀ ਆ ਉਹ ਮੂਰਤੀ ਸ਼ੋਭਿਤ ਆ ਹਾਂ ਗੱਲਬਾਤ ਇਦਾਂ ਬਈ ਠੀਕ ਆ ਬਈ ਇਹ ਹੈਗਾ ਬਈ ਮਨਦੀਪ ਪਿੰਡ ਕੋਕਰੀ ਕਲਾਂ ਦੀ ਧਰਤੀ ਤੋਂ ਲੈ ਵੀ ਇੱਕ ਇੱਧਰਲੇ ਪਾਸੇ ਦਾ ਮੁਕੰਮਲ ਚੱਕ ਕਹਿਣਾ ਚਾਹੋਗੇ ਤੁਸੀਂ ਅੱਜ ਆਏ ਹੋ ਟ੍ਰਿਪ 'ਤੇ ਕਿਵੇਂ ਲੱਗਿਆ ਸਰ ਟ੍ਰਿਪ ਤਾਂ ਬਹੁਤ ਸਹੀ ਥੋੜ੍ਹੀ ਗਰਮੀ ਜ਼ਿਆਦਾ ਲੱਗੀ ਗਰਮੀ ਜ਼ਿਆਦਾ ਲੱਗੀ ਹਾਂਜੀ 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 ਵਾਹ ਮਾਹੌਲ ਬਹੁਤ ਵਧੀਆ ਬਹੁਤ ਜਗ੍ਹਾ ਦੇਖਣ ਮਾਹੌਲ ਜਗ੍ਹਾ ਬਹੁਤ ਦੇਖਣ ਸਰ ਬਹੁਤ ਸੋਹਣੀ ਜਗ੍ਹਾ ਦੇਖੀ ਇਸ ਟਾਈਮ ਅਸੀਂ ਉੱਥੇ ਹੀ ਖੜ੍ਹੇ ਹਾਂ ਵੀ ਬ੍ਰਹਮਾ ਸਰੋਵਰ ਆ ਜਿਹੜਾ ਸਰੋਵਰ ਦੇ ਵਿੱਚ ਅਤੇ ਆਹ ਦੇਖ ਲਓ ਵੀ ਇਹਦਾ ਕੰਪਲੀਟ ਜਿਹੜਾ ਫੋਟੋਆਂ ਅਸੀਂ ਇੱਧਰ ਇੱਕ ਇਹਦੇ ਮੰਦਰ ਆ ਦੇਖਣ ਵਾਲਾ ਆਪਣੇ ਜੋ ਦੇਖਣ ਵਾਲੀ ਚੀਜ਼ ਆ ਇੱਕ ਇੱਥੇ ਰਾਤ ਆ ਫੋਟੋਆਂ ਫੋਟੋਆਂ ਕਰੀ ਜਾਂਦੇ ਆ ਅਤੇ ਹਵਾ ਠੰਡੀ ਚੱਲਦੀ ਆ ਇੱਥੇ ਸੋਹਣਾ ਕੰਮ ਆ ਦਰਖਤ ਲੱਗੇ ਹੋਏ ਆਸੇ ਪਾਸੇ ਪਾਣੀ ਕਰਕੇ ਹਵਾ ਠੰਡੀ ਆ ਜਦੋਂ ਅਸੀਂ ਐਂਟਰ ਹੋਏ ਸੀ ਉਦੋਂ ਗਰਮੀ ਲੱਗਦੀ ਸੀਗੀ ਪਾਣੀ ਦੀ ਪੜਦਾ ਸੀਗੀ ਪਰ ਇੱਥੇ ਦਰਖਤ ਲੱਗੇ ਹੋਏ ਛਾਂ ਇੱਥੇ ਹਵਾ ਠੰਡੀ ਆਉਂਦੀ ਆ ਚਲੋ ਹੁਣ ਗਾਂਹ ਵਾਲੀ ਜਿਹੜੀ ਪਲੇਸ ਆ ਸਥਾਨ ਆ ਉੱਥੇ ਮਿਲਦੇ ਹਾਂ ਚੱਲ ਕੇ ਜਿਵੇਂ ਵੀ ਹੋਇਆ ਦੇਖਦੇ ਹਾਂ ਗੱਲਬਾਤ ਰਾਹ ਦੇ ਵਿੱਚ ਜਿਹੜਾ ਪੁਲ ਬਣਿਆ ਹੋਇਆ ਮਤਲਬ ਇੱਥੋਂ ਇੱਧਰ ਪਾਣੀ ਰਹਿ ਜਾਂਦਾ ਇੱਧਰਲੇ ਪਾਸੇ ਇੱਧਰ ਪਾਣੀ ਰਹਿ ਜਾਂਦਾ ਆਹ ਕ੍ਰੀਏਟੀਵਿਟੀ ਪੂਰੀ ਕੀਤੀ ਹੋਈ ਆ ਸੜਕ ਦੇ ਵਿੱਚ ਫੁੱਲ ਬੂਟੀਆਂ ਪੂਰੀਆਂ ਬਣਾਈਆਂ ਹੋਈਆਂ ਗੱਲਬਾਤ ਓਕੇ ਰਿਪੋਰਟ ਆ ਕਿਉਂ ਹਰਵਿੰਦਰ ਸਰ ਹਾਂਜੀ ਸਰ ਹਾਂਜੀ ਹਾਂਜੀ ਓਕੇ ਕਿਵੇਂ ਲੱਗਿਆ ਟ੍ਰਿਪ ਸੈੱਟ ਆ ਕੰਮ ਬਹੁਤ ਵਧੀਆ ਟ੍ਰਿਪ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਟ੍ਰਿਪ ਲੱਗਿਆ ਠੀਕ ਆ ਉਪਦੇਸ਼ ਦੇਖਣ ਵਾਲੇ ਜਿਹੜਾ ਠੀਕ ਆ ਠੀਕ ਆ ਬਹੁਤ ਦਿੱਕਤ ਜੀ ਤੇ ਹੁਣ ਆਪਾਂ ਅਗਲੀ ਜਿਹੜੀ ਰਣਨੀਤੀ ਹੈਗੀ ਆਪਣੀ ਅਗਲਾ ਸਥਾਨ ਆ ਉੱਥੇ ਚੱਲਦੇ ਆ ਠੀਕ ਆ ਬਿਲਕੁਲ ਚਲੋ ਓਕੇ ਹਾਂ ਓਕੇ ਨਿੰਬੂ ਪਾਣੀ ਇਹਦੇ ਬਾਹਰ ਜਿਹੜਾ ਬ੍ਰਹਮਾ ਸਰੋਵਰ ਆ ਗਰਮੀ ਦਾ ਆਨੰਦ ਲੈ ਸਕਦੇ ਹਾਂ ਸ਼ਾਮੇ ਹਵਾ ਲੱਗਦੀ ਹੈ ਧੁੱਪੇ ਗਰਮੀ ਲੱਗਦੀ ਹੈ ਨਾ ਹਾਂ ਬਹੁਤ ਯਾਰ ਧੁੱਪ ਅੱਜ ਬਹੁਤ ਤੇਜ਼ ਆ ਲਓ ਵੀ ਆਪਾਂ ਹੁਣ ਇਸ ਟਾਈਮ ਆ ਗਏ ਹਾਂ ਜੋਤੀ ਸਰ ਇੱਥੇ ਕਹਿੰਦੇ ਵੀ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ ਗੀਤਾ ਦਾ ਉਪਦੇਸ਼ ਦਿੱਤਾ ਸੀ ਗੀਤਾ ਦਾ ਉਪਦੇਸ਼ ਕੀਤਾ ਹੁਣ ਦੇਖਦੇ ਹਾਂ ਗਾਂਹ ਜਾ ਕੇ ਕੀ ਮਾਹੌਲ ਆ ਅਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਜਿਹੜਾ ਕਲਪਨਾ ਚਾਵਲਾ ਦਾ ਜਿਹੜਾ ਬਣਿਆ ਹੋਇਆ ਉਹ ਸਾਇੰਸ ਦਾ ਮਿਊਜ਼ੀਅਮ ਹੈ ਮਿਊਜ਼ੀਅਮ ਹੈ ਨਾ ਮਿਊਜ਼ੀਅਮ ਇਸ ਤੋਂ ਬਾਅਦ ਉਹ ਦੇਖਾਂਗੇ ਆਪਾਂ ਇੱਥੋਂ ਇਹਦੇ ਤੋਂ ਬਾਅਦ ਕਲਪਨਾ ਚਾਵਲਾ ਪਾਰਕ ਇੱਥੇ ਗੱਡੀਆਂ ਗੁੱਡੀਆਂ ਕਾਫੀ ਖੜੀਆਂ ਨੇ ਆਹ ਜਿਹੜਾ ਕਾਫੀ ਆ ਮਾਹੌਲ ਗਰਮੀ ਥੋੜ੍ਹੀ ਜਿਹੀ ਸਿਖਰਾਂ 'ਤੇ ਜਾਂਦੀ ਆ 34 ਡਿਗਰੀ ਟੈਂਪਰੇਚਰ ਹੈ ਅਤੇ 2:10 ਦਾ ਟਾਈਮ ਹੋ ਗਿਆ ਦੁਪਹਿਰ ਦਾ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਵੀਡੀਓ ਜਿਹੜੀ ਆ ਉਹ ਪਸੰਦ ਆਊਗੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਉਹ ਇਸ ਵੀਡੀਓ 'ਚ ਦੇਖੋਗੇ ਬਿਲਕੁਲ ਜੀ ਭੁੱਲ ਹੀ ਗਏ ਸੀ ਆਪਾਂ ਲਓ ਵੀ ਮਿੱਤਰੋ ਇਹ ਆ ਜੋਤੀ ਸਰ ਮਾਹੌਲ ਇੱਥੋਂ ਦਾ ਦੇਖ ਲਓ ਖਾਗਦੇ ਤੁਸੀਂ ਵੀ ਆਓ ਦੇ ਆਓ ਦੇ ਐਂ ਨਾ ਆਉਂਦੇ ਆ ਇਹ ਨਿਕਲੇ ਨਹੀਂ ਵਿੱਚੋਂ ਇਹ ਉਹ ਨਿਕਲਿਆ ਉਹਦੇ ਪਰਲੇ ਪਾਸੇ ਚਲਾ ਗਿਆ ਇਹ ਆ ਵੀ ਇੱਥੇ ਇੱਕ ਮੰਦਰ ਜੋਤੀ ਸਰ ਜਿੱਥੇ ਅਰਜਨ ਨੂੰ ਉਪਦੇਸ਼ ਦਿੱਤਾ ਸੀਗਾ ਨਾ ਤੇ ਆਹ ਦਰਖਤ ਆ ਇੱਥੇ ਪਿੱਪਲ ਦਾ ਜਿਹਦੇ ਥੱਲੇ ਅਰਜਨ ਨੂੰ ਉਪਦੇਸ਼ ਦਿੱਤਾ ਸੀਗਾ ਇਹ ਹੈਗਾ ਇਹ ਬੋੜ ਦਾ ਬੋੜ ਆ ਕਿ ਪਿੱਪਲ ਬੋੜ ਆ ਬੋੜ ਆ ਠੀਕ ਆ ਬਈ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਕੀ ਮਾਹੌਲ ਲੱਗੀ ਹੋਈ ਆ ਸੋ ਅੱਜ ਨਾਲ ਨਾਲ ਤੁਹਾਨੂੰ ਦਰਖਤ ਵੀ ਦਿਖਾਉਂਦੇ ਆ ਪੈਲਕਣ ਦਾ ਦਰਖਤ ਆ ਰਿਹਾ ਪਹਿਲਾਂ ਇਹ ਹਾਂ ਉਹ ਤੋਂ ਬਾਅਦ ਬੋੜ ਆ ਬਾਕੀ ਗਾਂ ਜਾ ਕੇ ਦੇਖਦੇ ਕੀ ਮਾਹੌਲ ਆ ਆਹ ਸਿਸਟਮ ਇਹਦੇ ਵਿੱਚ ਫੁਹਾਰਾ ਸਿਸਟਮ ਲੱਗਿਆ ਹੋਇਆ ਬਾਈ ਗੰਦਾ ਪਾਣੀ ਉੱਪਰ ਜਾਂਦਾ ਬਾਈ ਛੱਟੇ ਪੈਂਦੇ ਪਾਣੀ ਤਾਂ ਗੰਦਾ ਹੀ ਆ ਵੈਸੇ ਬਾਈ ਖੜਾ ਨਾ ਪਾਣੀ ਬਾਕੀ ਇੱਧਰ ਹੋਰ ਬਿਲਡਿੰਗਾਂ ਬਹੁਤ ਛੱਡੀਆਂ ਹੋਈਆਂ ਨੇ ਨਿੱਕੇ ਨਿੱਕੇ ਪੂੰਗ ਵੇ ਕੇ ਮਿਲਦਾ ਕਿਵੇਂ ਹਾਂ ਇਹ ਦੇਖਿਆ ਵੀ ਤੁਸੀਂ ਜੋਤੀ ਸਰ ਮੰਦਰ ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਲਓ ਜੀ ਐਂਟਰੀ ਹੋ ਚੁੱਕੀ ਹੈ ਕਲਪਨਾ ਚਾਵਲਾ ਪਾਰਕ ਦੇ ਵਿੱਚ ਸੋ ਇੱਥੇ ਕਲਪਨਾ ਚਾਵਲਾ ਦੀ ਪੂਰੀ ਹਿਸਟਰੀ ਜਿਹੜੀ ਆ ਉਹ ਸਾਰੀ ਦਿੱਤੀ ਗਈ ਆ ਅਤੇ ਇੱਕ ਸਾਇੰਸ ਪਾਰਕ ਆ ਦੇਖਣ ਯੋਗ ਆ ਹੋਰ ਯਾਰ ਅੱਜ ਇੱਧਰ ਪਤਾ
ਕਲਪਨਾ ਚਾਵਲਾ ਤਾਰਾ ਮੰਡਲ ਕਿਵੇਂ ਆ ਮੌਸਮ ਕਿੰਨਾ ਟੈਂਪਰੇਚਰ ਕਲਪਨਾ ਚਾਵਲਾ ਦੇ ਨਾਮ ਤੇ ਇਹ ਜਿਹੜਾ ਸਿਸਟਮ ਬਣਾਇਆ ਹੋਇਆ ਅੰਦਰ ਦੇਖਦੇ ਨੇ ਕੀ ਮਾਹੌਲ ਕਿੰਨਾ ਆ ਗਿਆ ਫਿਰ ਵੀ ਕਲਪਨਾ ਚਾਵਲਾ ਦਾ ਇਹ ਬੁੱਤ ਬਣਾਇਆ ਹੋਇਆ ਇੱਥੇ ਸਟੈਚੂ ਆ ਸਿਸਟਮ ਜਿਹੜੀ ਧਰਤੀ ਆ ਜਿਹੜੀ ਘੁੰਮ ਰਹੀ ਆ ਹੈ ਨਾ ਸੂਰਜ ਦੇ ਆਲੇ ਦੁਆਲੇ ਜਿਹੜੀ ਧਰਤੀ ਆ ਘੁੰਮ ਰਹੀ ਆ ਬਟਨ ਨੱਪੇ ਤੋਂ ਚੱਲਦਾ ਇਹ ਇਹਦੇ ਉੱਪਰ ਸਾਰਾ ਕੁਝ ਦਿੱਤਾ ਹੋਇਆ ਜਿੰਨੇ ਵੀ ਆਪਣੇ ਜਿਹੜੇ ਆ ਉਹ ਕ੍ਰੀਏਸ਼ਨ ਜਿਹੜੀਆਂ ਯੂਨੀਵਰਸ ਦੇ ਵਿੱਚ ਜਿਹੜੀਆਂ ਦਿਖਾਈ ਦਿੰਦੀਆਂ ਨੇ ਉਹ ਸਾਰੀਆਂ ਇਹਦੇ ਤੋਂ ਦਿੱਤੀਆਂ ਹੋਈਆਂ ਜੈਪੁਰ ਦਾ ਬਣਿਆ ਹੋਇਆ ਸਾਰਾ ਆਹ ਕਿਆ ਮਜ਼ਾ ਲੱਗਿਆ ਸਿਰਾ ਹੀ ਆ ਘੜੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਵਾ ਰੀਅਲ ਦੇ ਵਿੱਚ ਵੀ ਬਣੀ ਹੋਈ ਆ ਪਿੱਛੇ ਦੇਖਦੇ ਹਾਂ ਇਹਦੇ ਬੈਕ ਸਾਈਡ 'ਤੇ ਬਣੀ ਹੋਈ ਆ ਅਤੇ ਜੈਪੁਰ ਦੇ ਵਿੱਚ ਵੀ ਇਹ ਜਿਹੜਾ ਚਲੋ ਕਾਫੀ ਸਾਰੀਆਂ ਬਣੀਆਂ ਹੋਈਆਂ ਨਾ ਜੈਪੁਰ ਦੇ ਵਿੱਚ ਜੈਪੁਰ ਸਾਰੀਆਂ ਇਹ ਐਲਟੀਟਿਊਡ ਅਤੇ ਲੈਟੀਟਿਊਡ ਦਾ ਕੰਸੈਪਟ ਜਿਹੜਾ ਵਾ ਉਹ ਦਿਖਾਇਆ ਗਿਆ ਅਰਥ ਦੇ ਉੱਤੇ ਜਿਹੜੀਆਂ ਦੋ ਤਰ੍ਹਾਂ ਦੀਆਂ ਲਾਈਨਾਂ ਨੇ ਉਹਨਾਂ 'ਚੋਂ ਇਹ ਡਿਸਕ੍ਰਾਈਬ ਕੀਤਾ ਗਿਆ ਵਾ ਧਰਤੀ ਦਾ ਵੇਟ 99 ਕਿਲੋ ਅਤੇ ਉੱਪਰ ਪਲੈਨਟ ਦੇ ਵਿੱਚ ਵੇਟ 95 ਕਿਲੋ ਇਹ ਵਾਧਾ ਘਟਦਾ ਕਿਉਂ ਆ ਬਈ ਇਹ ਵਾਧਾ ਘਟਦਾ ਕਿਉਂ ਆ ਇਹ ਚੇਂਜ ਹੋ ਰਿਹਾ ਜੀ ਇੱਥੇ ਇਹਦਾ ਸਾਰਾ ਉਹ ਦਿੱਤਾ ਹੋਇਆ ਵਾ ਇਹਦੇ ਤੇ ਮਰਕਰੀ ਵੀਨਸ ਅਰਥ ਸਾਰੇ ਅੱਛਾ ਜਿਵੇਂ ਅਲੱਗ ਅਲੱਗ ਜਿਹੜੇ ਉਹ ਵੱਖੋ ਵੱਖਰੇ ਪਲੈਨਟ ਦੇ ਵੱਖੋ ਵੱਖਰਾ ਵੇਟ ਜਿਹੜਾ ਉਹ ਅਲੱਗ ਅਲੱਗ ਗ੍ਰਹਿ ਦੇ ਅਲੱਗ ਅਲੱਗ ਵੇਟ ਹੈ ਇਹਦਾ ਠੀਕ ਹੈ ਇਸ ਦੇ ਨਾਲ ਲੈਟਣੇ ਦਾ ਕੰਮ ਹੈਗਾ ਸਿਸਟਮ ਦਿੱਤੇ ਹੋਏ ਆ ਅਰਥ ਦੇ ਕਿਸ ਤਰੀਕੇ ਨਾਲ ਚੇਂਜ ਹੁੰਦੇ ਆ ਯਾਰ ਲਾਈਟ ਜਗਦੀ ਇਹਦੇ ਨਾਲ ਘੁੰਮਦਾ ਹੈ ਨਾ ਜਦੋਂ ਅਸੀਂ ਇਹਨੂੰ ਰੋਟੇਟ ਕਰਦੇ ਹਾਂ ਅਰਥ ਦਾ ਜਿਹੜਾ ਉਹ ਕੋਈ ਹਿੱਸਾ ਜਿਵੇਂ ਅੱਗੇ ਪਿੱਛੇ ਆਉਂਦਾ ਤਾਂ ਉਹਦੇ ਅਕੋਰਡਿੰਗ ਜਿਹੜੇ ਆ ਉਹ ਦਿਨ ਰਾਤ ਜਿਹੜੇ ਅਸੀਂ ਬਣਦੇ ਆ ਜਾਂ ਸੀਜ਼ਨ ਜਿਹੜਾ ਵਾ ਉਹ ਬਣਦਾ ਕਿੱਥੇ ਧੁੱਪ ਬਹੁਤ ਜ਼ਿਆਦਾ ਕਿੱਥੇ ਜਿਹੜੀ ਆ ਉਹ ਸ਼ਾਮ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਵੱਖ ਵੱਖਰੇ ਮਾਈਲ ਸਟੋਨ ਜਿਹੜੇ ਆ ਜੋ ਸਾਇੰਸ ਨੇ ਅੱਜ ਤੱਕ ਕਵਰ ਕੀਤੇ ਆ 1957 ਤੋਂ ਲੱਗ ਕੇ 2010 ਤੱਕ ਉਹ ਸਾਰੇ ਇਸ ਇੱਕ ਜਿਹੜੀ ਫੋਟੋ ਆ ਉਹਦੇ ਵਿੱਚ ਡਿਸਕ੍ਰਾਈਬ ਕੀਤੇ ਗਏ ਆ ਸੋ ਸਾਰੇ ਦਿਖਾਏ ਜਾ ਰਹੇ ਆ ਵਾਰੋ ਵਾਰ ਸਪੇਸ ਦੇ ਵਿੱਚ ਜੋ ਵੀ ਜਿਹੜੀ ਆ ਉਹ ਐਕਟੀਵਿਟੀ ਹੋਈ ਆ ਇਹਨੂੰ ਕਿਤੇ ਵੀ ਲੈ ਕੇ ਜਾਊਂਗੇ ਕਿਸੇ 'ਤੇ ਫਿਰ ਉਹਦਾ ਟਾਈਮ ਦੱਸੂਗਾ ਜੀ ਮੇਰੇ ਹਿਸਾਬ ਨਾਲ ਜਿਹਾ ਕਲੋਕ ਲੱਗੇ ਹੋਏ ਆ ਨਿਊ ਦਿੱਲੀ ਦਾ ਟੋਕੀਓ ਹਾਂ ਜਿ ਜਿੱਥੇ ਵੀ ਆਪਾਂ ਲੈ ਕੇ ਜਾਵਾਂਗੇ ਯਾਰ ਉਹਨੂੰ ਉਸ ਵਰਲਡ ਦਾ ਉਹਦਾ ਦੇਸ਼ ਦਾ ਜਿਹੜਾ ਟਾਈਮ ਹੀ ਦੱਸੂਗਾ ਇੰਡੀਆ 'ਤੇ ਲੈ ਕੇ ਜਾਓ ਕਿੰਨਾ ਦੱਸਦਾ ਆ ਦੇ ਇੰਡੀਆ ਇੱਧਰ ਦੇਖੋ ਥੱਲੇ ਉਹ ਦਿਖਾਇਆ ਗਿਆ ਜੀਵਨ ਜਿੱਥੇ ਜਿੱਥੇ ਤੱਕ ਉਹਨੇ ਗੂਗਲ ਸਫਲਤਾਵਾਂ ਹਾਸਲ ਕੀਤੀਆਂ ਨਾਸਾ ਦੇ ਵਿੱਚ ਉਹਨੇ ਆਪਣਾ ਜਿਹੜੇ ਕਦਮ ਪਾਏ ਉਹਨਾਂ ਕੀ ਉਹਨੇ ਜਿਹੜਾ ਉਹ ਐਕਟੀਵਿਟੀ ਕੀਤੀ ਸਪੇਸ ਦੇ ਵਿੱਚ ਜਾ ਕੇ ਜੋ ਸਪੇਸ ਸੈਂਟਰ ਬਣਾਇਆ ਗਿਆ ਉਹਦੇ ਵਿੱਚ ਕਿਸ ਤਰੀਕੇ ਨਾਲ ਜਿਹੜੇ ਉਹ ਸਾਇੰਟਿਸਟ ਰਹਿੰਦੇ ਆ ਉਹ ਇਸ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਸੋ ਇਹ ਸਾਰੇ ਇੱਕ ਟ੍ਰਿਬਿਊਨ ਦਾ ਕਲਪਨਾ ਚੱਲ ਰਿਹਾ ਹੈ ਆਪਣਾ ਰਾਸ਼ੀ ਵਾਲਾ ਸਿਸਟਮ ਬਾਈ ਚਾਨਣਾ ਪਾਓ ਮੜਾ ਇਹਦੇ ਬਾਰੇ ਮਨਦੀਪ ਸਿੰਘ ਜੀ ਇਹ ਬਾਈ ਹੈਗਾ ਮਨਦੀਪ ਸਿੰਘ ਪਿੰਡ ਕੋਕਰੀ ਕਲਾ ਤੋਂ ਇਹਨੂੰ ਅੰਦਰੋਂ ਦੇਖਿਆ ਆ ਬਾਈ ਅਤੇ ਇਹਦਾ ਬਾਹਰ ਦਾ ਦ੍ਰਿਸ਼ ਆ ਜਿਹੜਾ ਇਸ ਤਰ੍ਹਾਂ ਦਾ ਆਜੋ ਅੱਗੇ ਪਿਛਲੇ ਪਾਸੇ ਕਹਿੰਦੇ ਪਾਰਕ ਬਣੀ ਹੋਈ ਆ ਆਜੋ ਸਰ ਕੋਈ ਨਹੀਂ ਕਰਨ ਤੋਂ ਗੱਲ ਇਹਨਾਂ ਨੂੰ ਅਤੇ ਆਪਾਂ ਮਾਹੌਲ ਦੇਖਦੇ ਹਾਂ ਜਿਹੜਾ ਬੈਕ ਸਾਈਡ 'ਤੇ ਕਹਿੰਦੇ ਇੱਕ ਘੜੀ ਬਣੀ ਹੋਈ ਆ ਨਾ ਜਿਹੜੀ ਧੁੱਪ ਨਾਲ ਟਾਈਮ ਦੱਸਦੀ ਆ ਜਿਹੜੀ ਉਹੀ ਜਿਹੜੀ ਜੈਪੁਰ ਦੇ ਵਿੱਚ ਵੀ ਬਣੀਆਂ ਹੋਈਆਂ ਨੇ ਉਹਦੇ ਨਾਲ ਦੀ ਇੱਕ ਘੜੀ ਬਣੀ ਹੋਈ ਹੈ ਇੱਥੇ ਸਨ ਕਲੋਕ ਜਿਹੜਾ ਉਹ ਇੱਥੇ ਬਣਿਆ ਹੋਇਆ ਵਾ ਸੋਹਣਾ ਬਣਿਆ ਹੋਇਆ ਅੰਦਰੋਂ ਇਹ ਸਾਇੰਸ ਦੇ ਨਾਲ ਰਿਲੇਟਡ ਆ ਸਾਰਾ ਸਿਸਟਮ ਜਿਹੜਾ ਹੈਗਾ ਤੇ ਆ ਇੱਥੇ ਐਜੂਕੇਸ਼ਨ ਮਿਲਦੀ ਹੈ ਜਿਹੜੇ ਸੋਲਰ ਪੈਨਲ ਜੋ ਲੱਗੇ ਹੋਏ ਆ ਸੋਲਰ ਪੈਨਲ ਦੇ ਨਾਲ ਇਹ ਚੱਲ ਰਿਹਾ ਵਾ ਸਾਰਾ ਅੰਦਰ ਜਿੰਨੀ ਵੀ ਬਿਜਲੀ ਜਿਹੜੀ ਚੱਲ ਰਹੀ ਹੈ ਬਿਲਕੁਲ ਬਾਈ
ਪਾਰਕ ਬਹੁਤ ਸੋਹਣੀ ਪਾਰਕ ਬਣੀ ਹੋਈ ਹੈ ਜੀ ਇੱਥੇ। ਹਾਂ ਗਲੇਸ਼ੀਅਲ ਨਾਰਥ ਪੋਲ ਆਪਣਾ ਟਾਈਮ ਦੇਖਣ ਵਾਲੀ ਘੜੀ ਬਣਾਈ ਹੋਈ ਹੈ ਜਿਹੜੀ ਇਹਨਾਂ ਨੇ। ਹੁਣ ਜਿਵੇਂ ਆ ਸ਼ਾਮ 3 ਤੇ ਪਈ ਜਾਂਦੀ ਆ, 3 ਤੋਂ ਥੋੜ੍ਹਾ ਜਿਹਾ ਉੱਪਰ ਆ ਅਤੇ ਟਾਈਮ ਹੋ ਗਿਆ 3:15 ਤੋਂ ਉੱਤੇ 3:20 ਹੋਣ ਵਾਲੇ ਆ। 3:20 ਅਤੇ ਇੱਦਾਂ ਹੀ ਜਿਵੇਂ ਆਹ ਕੰਧ ਦੀ ਛਾਂ ਅੱਗੇ ਅੱਗੇ ਵਧੀ ਜਾਂਦੀ ਹੈ ਜਿਵੇਂ ਸੂਰਜ ਦੇ ਨਾਲ ਛਿਪੀ ਜਾਣਾ ਵਾ ਉਵੇਂ ਟਾਈਮ ਦੱਸਦੀ ਆ। ਠੀਕ ਆ ਬਾਈ, ਇਸ ਤਰ੍ਹਾਂ ਦੀ ਇਹ ਘੜੀ ਬਣਾਈ ਹੋਈ। ਰਾਜਸਥਾਨ ਦੇ ਵਿੱਚ ਵੀ ਜੈਪੁਰ ਦੇ ਵਿੱਚ ਕਾਫੀ ਘੜੀਆਂ ਬਣੀਆਂ ਹੋਈਆਂ ਇੱਦਾਂ ਦੀਆਂ ਜਿਹੜੀਆਂ ਧੁੱਪ ਦੇ ਨਾਲ ਟਾਈਮ ਦੱਸਦੀਆਂ ਨੇ। ਇਹ ਆ ਵੀ ਬਹੁਤ ਸੋਹਣੀ ਪਾਰਕ ਬਣੀ ਹੋਈ ਹੈਗੀ ਇੱਥੇ ਜਿਹੜੀ ਕਲਪਨਾ ਚਾਵਲਾ ਦੇ ਨਾਮ 'ਤੇ ਇਹ ਤਾਰਾ ਮੰਡਲ ਬਣਾਇਆ ਹੋਇਆ ਵਾ। ਸੋਹਣਾ ਕੰਮ ਹੈ ਇੱਥੇ, ਸਾਇੰਸ ਦੇ ਨਾਲ ਹੀ ਰਿਲੇਟਡ ਇੱਥੇ ਸਾਰਾ ਕੁਛ ਬਣਿਆ ਹੋਇਆ ਜਿਵੇਂ ਪਾਰਕ ਦੇ ਵਿੱਚ ਵੀ ਵਰਲਡ ਕਲੋਕ, ਆਹ ਵਰਲਡ ਕਲੋਕ ਬਣਾਇਆ ਹੋਇਆ ਵਾ ਅਤੇ ਆਹ ਵਾਲੀ ਜਿਹੜੀ ਜਿਵੇਂ ਘੜੀ ਬਣਾਈ ਹੋਈ ਆ ਧੁੱਪ ਨਾਲ ਦੇਖਣ ਵਾਲੀ ਟਾਈਮ ਦੱਸਦੀ ਆ ਧੁੱਪ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਅਤੇ ਸੋਹਣਾ ਕੰਮ ਬਣਾਇਆ ਹੋਇਆ, ਫੁੱਲ ਬਹੁਤ ਸੋਹਣੇ ਲੱਗੇ ਹੋਏ ਇੱਥੇ ਸਾਰੇ ਪਾਸੇ ਅਤੇ ਇੱਕ ਆਹ ਸਿਸਟਮ ਬਣਾਇਆ ਹੋਇਆ ਵੀ ਸਾਇੰਸ ਦੇ ਨਾਲ ਰਿਲੇਟਡ ਆ। ਠੀਕ ਹੈ ਬਾਈ, ਅਤੇ ਬਸ ਇਹ ਲਾਸਟ ਸਾਡਾ ਸਥਾਨ ਹੀ ਆ ਦੇਖਣ ਵਾਲਾ, ਇਸ ਤੋਂ ਬਾਅਦ ਲੰਚ ਕਰਕੇ ਤੁਰ ਪੈਣਾ ਇੱਥੋਂ ਅਸੀਂ। ਹਾਂ ਅਤੇ ਇੱਕ ਆਹ ਸਿਸਟਮ ਆ ਬਾਈ, ਦੇਖ ਕੀ ਆ ਸਿਸਟਮ ਇਹ। ਇਹ ਵੀ ਘੜੀ ਆ, ਇਹ ਵੀ ਘੜੀ ਆ, ਘੜੀਆਂ ਇਹ ਬਾਲੀਆਂ ਬਣਾਈ ਬੈਠਦੇ ਆ। ਲੈ ਬਾਈ ਇਹ ਵੀ ਟਾਈਮ ਦੱਸਦੀ ਆ ਬਈ, ਜਿਵੇਂ ਹੁਣ 30 ਡਿਗਰੀ ਤੇ ਬਾਈ ਖੜਾ ਕੀਤਾ ਹੋਇਆ ਵਾ ਇਹਨੂੰ, ਜਿਹੜਾ ਆਪਣਾ ਆਹ ਲੱਗਿਆ ਹੋਇਆ ਡਾਇਲ ਦੇ ਉੱਪਰ, ਆਹ ਦੇਖੋ ਜਿਵੇਂ 30 ਡਿਗਰੀ ਲਿਖਿਆ ਹੋਇਆ। ਆਹ ਜਿਵੇਂ ਜਿਹੜੀਆਂ ਲਾਈਨਾਂ ਲਗਾਈਆਂ ਹੋਈਆਂ ਨੇ ਜਿਹੜਾ ਵਾ ਉਹ ਜਿਵੇਂ 6 AM ਦਾ ਟਾਈਮ ਆ, ਆਹ 7 AM ਦਾ, 8 ਐਂ ਜਿਵੇਂ ਲਾਈਨਾਂ ਬਣੀਆਂ ਹੋਈਆਂ ਨੇ। ਅਤੇ ਇਸ ਟਾਈਮ ਜਿਹੜੀ ਸ਼ਾਮ ਆ ਉਹ ਜਿਹੜੀ 3 ਵਾਲੀ ਲਾਈਨ ਆ ਉਹਦੇ ਤੋਂ ਥੋੜ੍ਹਾ ਜਿਹਾ ਉੱਪਰ ਪੈ ਰਹੀ ਹੈ, ਜਿਵੇਂ ਟਾਈਮ ਸਮਾਂ ਹੋ ਗਿਆ 3:25 ਦਾ। ਇੱਕ ਆਹ ਸਿਸਟਮ ਆ ਬਈ ਬਣਿਆ ਹੋਇਆ, ਇਹ ਵੀ ਸਾਇੰਸ ਦੇ ਨਾਲ ਹੀ ਰਿਲੇਟਡ ਆ ਕੁਛ ਸਿਸਟਮ ਜਿਹੜਾ ਹੈਗਾ, ਆਪਟਿਕ ਟ੍ਰੀ। ਚਲੋ ਇੱਥੋਂ ਬਈ ਕੀਤਾ ਆਪਾਂ ਲੰਚ, ਹੋਟਲ ਦਾ ਨਾਮ ਹੈਗਾ 9th ਪਲੈਨਟ। ਠੀਕ ਆ ਬਈ, ਹੋਟਲ ਦਾ ਨੇਮ ਆ ਜੀ 9th ਪਲੈਨਟ। ਅਤੇ ਕਿਵੇਂ ਦੀ ਲੱਗੀ ਵੀਡੀਓ ਅੱਜ ਦੀ ਦੱਸਿਓ ਬਈ ਕਮੈਂਟ ਕਰਕੇ ਜ਼ਰੂਰ। ਹੁਣ ਆਪਾਂ ਇੱਥੇ ਤੁਰਨ ਲੱਗੇ, ਟਾਈਮ ਹੋ ਗਿਆ 5:00 ਆ, ਇਹ ਜਿਹੜਾ ਆਪਣਾ ਕੋਈ ਪ੍ਰਚਾਰ ਪੇਸ਼ ਕਰਨਾ ਜਲਦੀ ਆਪਾਂ ਕੁਰੂਕਸ਼ੇਤਰ, ਇਹ ਕੁਰੂਕਸ਼ੇਤਰ ਦਾ ਜਿਹੜਾ ਜਾਣੀ ਕਿ ਬੱਸ ਸਟੈਂਡ ਨੂੰ ਪੈਂਦਾ ਰੋਡ, ਉਸ ਰੋਡ ਤੇ ਬੱਸ ਸਟੈਂਡ ਤੋਂ ਥੋੜਾ ਜਿਹਾ ਅੱਗੇ ਆ ਕੇ ਕਹਿ ਲਓ ਵੀ ਰੈਸਟੋਰੈਂਟ ਆ, ਇਹ ਰੈਸਟੋਰੈਂਟ ਪੈਲਸ ਆ ਵਿੱਚ, ਜੇਕਰ ਛੋਟੀ ਪਾਰਟੀ ਵਗੈਰਾ ਕੋਈ ਹੋਵੇ ਜਿਹੜਾ ਹੋ ਜਾਂਦਾ, ਡੀ ਜੇ ਸਿਸਟਮ ਵਗੈਰਾ ਸਾਰਾ ਜੋ ਵੀ ਵਧੀਆ ਜਿਹੜੀ ਇਹਨਾਂ ਨੇ ਯਾਨੀ ਕਿ ਸਰਵਿਸ ਦਿੱਤੀ ਆ। ਸੋ ਵੀ ਤੁਹਾਨੂੰ ਇਹ ਵੀਡੀਓ ਜਿਹੜੀ ਆ ਬਹੁਤ ਵਧੀਆ ਲੱਗੀ, ਲਾਈਕ ਹੋਣਗੇ ਤੁਸੀਂ, ਥੈਂਕ ਯੂ ਸੋ ਮਚ। ਕਿਹਾ ਨਹੀਂ ਜਿਹੜਾ ਵਾਸਤੇ ਬੈਠਾ।